ਅੱਜ ਦਿਨ ਐਤਵਾਰ ਭਾਗੀ ਬਾਂਦਰ ਬੱਕਰੀ ਮੇਲੇ ਤੇ ਵਿਸ਼ੇਸ਼ ਤੌਰ ਤੇ ਪ੍ਰਿੰਸੀਪਲ ਕਾਮ ਜੁਆਇੰਟ ਡਾਇਰੈਕਟਰ ਡਾਕਟਰ ਬਿਮਲ ਸ਼ਰਮਾ ਨੇ ਸ਼ਿਰਕਤ ਕੀਤੀ। ਇਸ ਮੌਕੇ ਉਹਨਾਂ ਦੇ ਨਾਲ ਸਮੁੱਚੀ ਟੀਮ ਵੀ ਮੌਜੂਦ ਸੀ। ਬਾਈ ਗੁਰਪ੍ਰੀਤ ਸਿੰਘ ਕਾਲਾ ਪ੍ਰਧਾਨ ਲਖਵੀਰ ਸਿੰਘ ਨੇ ਗੱਲਬਾਤ ਕਰਦਿਆਂ ਦੱਸਿਆ ਕਿ ਉਹ ਬਹੁਤ ਖੁਸ਼ ਹਨ ਕਿ ਡਾਕਟਰ ਬਿਮਲ ਸ਼ਰਮਾ ਉਹਨਾਂ ਦੇ ਛੋਟੇ ਜਿਹੇ ਸੱਦੇ 'ਤੇ ਉਹਨਾਂ ਦੀ ਬੱਕਰੀ ਮੇਲੇ ਦੇ ਵਿੱਚ ਪਹੁੰਚੇ ਹਨ ਅਤੇ ਉਹਨਾਂ ਦਾ ਮਾਣ ਸਨਮਾਨ ਵਧਾਇਆ ਹੈ। ਇਸ ਮੌਕੇ ਡਾਕਟਰ ਬਿਮਲ ਸ਼ਰਮਾ ਵੱਲੋਂ ਰਿਬਨ ਕੱਟਿਆ ਗਿਆ ਅਤੇ ਉਹਨਾਂ ਨੂੰ ਜੀਓ ਆਇਆਂ ਆਖਿਆ ਗਿਆ। ਡਾਕਟਰ ਬਿਮਲ ਸ਼ਰਮਾ ਨੇ ਕਿਸਾਨ ਵੀਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਬੱਕਰੀ ਪਾਲਣ ਦਾ ਧੰਦਾ ਬਹੁਤ ਹੀ ਵਧੀਆ ਧੰਦਾ ਹੈ ਅਤੇ ਇਸ ਦੇ ਵਿੱਚ ਵੱਡਾ ਮੁਨਾਫਾ ਕਮਾਇਆ ਜਾ ਸਕਦਾ ਹੈ। ਉਹਨਾਂ ਦੱਸਿਆ ਕਿ 20 ਤੋਂ 24 ਤਰੀਕ 'ਤੇ ਕਾਲਚਰਾਣੀ ਯੂਨੀਵਰਸਿਟੀ ਵਿਖੇ ਟ੍ਰੇਨਿੰਗ ਲੱਗ ਰਹੀ ਹੈ। ਕਿਸਾਨਾਂ ਨੂੰ ਇਸ ਟ੍ਰੇਨਿੰਗ ਦਾ ਲਾਹਾ ਲੈਣਾ ਚਾਹੀਦਾ ਹੈ। ਜਿੱਥੇ ਉਹਨਾਂ ਨੂੰ ਸਨਮਾਨਿਤ ਕੀਤਾ ਜਾਵੇਗਾ, ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਵੇਗੀ, ਉੱਥੇ ਉਹਨਾਂ ਨੂੰ ਸਰਕਾਰੀ ਸਰਟੀਫਿਕੇਟ ਵੀ ਦਿੱਤੇ ਜਾਣਗੇ। ਮਈ ਮਹੀਨੇ ਵਿੱਚ ਹੋਣ ਜਾ ਰਹੇ ਬੱਕਰੀ ਮੇਲੇ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ। ਮੈਨੂੰ ਕੁਝ ਦਿਨ ਪਹਿਲਾਂ ਆਪਣੇ ਗੁਰਪ੍ਰੀਤ ਸਿੰਘ ਕਾਲਾ ਬਾਈ ਜੀ ਪੱਤਰਕਾਰ ਸਾਹਿਬ ਵੀਰ ਬਾਈ ਜੀ ਇਹਨਾਂ ਨੇ ਮੈਨੂੰ ਬੜੀ ਖੁਸ਼ੀ ਹੋਈ ਹੈ ਵੀ ਇਹਨਾਂ ਨੇ ਲਾਸਟ ਈਅਰ ਗੁਰਪ੍ਰੀਤ ਬਾਈ ਜੀ ਨੇ ਕਾਲਾ ਬਾਈ ਜੀ ਲਖਵੀਰ ਜਸਵੀਰ ਸਿੱਧੂ ਸਾਡੇ ਸਾਥੀਆਂ ਨੇ ਸਾਡੇ ਕੋਲ ਕੋਰਸ ਕੀਤਾ ਸੀਗਾ। ਕਾਲਚਰਾਣੀ ਜਿਹੜਾ ਸੈਂਟਰ ਹੈ ਸਾਡਾ ਵੈਟਨਰੀ ਪੋਲੀਟੈਕਨਿਕ ਕਾਲਜ ਤੇ ਖੇਤਰੀ ਖੋਜ ਸਿਖਲਾਈ ਕੇਂਦਰ ਕਾਲਚਰਾਣੀ ਤੇ ਅਸੀਂ ਕੋਰਸ ਕਰਾਉਂਦੇ ਹਾਂ। ਹੁਣ ਵੀ ਜਿਹੜਾ ਸਾਡਾ ਲੇਟੈਸਟ ਤੁਹਾਨੂੰ ਮੈਂ ਦੱਸਾਂ ਅਸੀਂ 20 ਤੋਂ 24 ਤਰੀਕ ਦੀ ਕਰਾ ਰਹੇ ਹਾਂ। 20 ਫਰਵਰੀ ਤੋਂ 24 ਦਿਨ 5 ਦਿਨ ਦਾ ਕੋਰਸ ਆ ਉਹ ਲੇਡੀਜ਼ ਵਾਸਤੇ ਬਿਲਕੁਲ ਫ੍ਰੀ ਹੈ ਤੇ ਜਿਹੜੇ ਆਪਣੇ ਤੁਹਾਡੇ ਕਿਸਾਨ ਵੀਰ ਨੇ ਨੌਜਵਾਨ ਨੇ ਉਹਨਾਂ ਦੀ 1000 ਰੁਪਇਆ ਫੀਸ ਹੈ ਤੇ ਮੈਂ ਤੁਹਾਨੂੰ ਪਹਿਲੇ ਮੰਡੀ ਦੇਖਣ ਦੇ ਨਾਲ ਨਾਲ ਤੁਹਾਨੂੰ ਬੇਨਤੀ ਕਰਦੇ ਕਿ ਤੁਸੀਂ ਇਹ ਕੋਰਸ ਜ਼ਰੂਰ ਕਰੋ। ਸਾਡੇ ਕੋਲ ਇੱਕ ਤਰ੍ਹਾਂ ਦੀ ਕਪੈਸਿਟੀ ਜਿਹੜੀ 40-45 ਜਾਂ 35 ਬੰਦਿਆਂ ਦੀ ਹੈ ਪਰ ਮੇਰਾ ਖਿਆਲ ਉਹ 100 ਤੋਂ ਉੱਪਰ ਆਲਰੇਡੀ ਕੈਂਡੀਡੇਟ ਹੋ ਚੁੱਕੇ ਨੇ ਤੇ ਸਾਨੂੰ ਇਹ ਮੇਰਾ 2-3 ਸ਼ਿਫਟਾਂ 'ਚ ਬਣਨਾ ਪਊਗਾ ਵੀ ਇਹਦੀ ਇੰਨੀ ਡਿਮਾਂਡ ਹੈ ਬੱਕਰੀ ਪਾਲਣ ਦੀ। ਔਰ ਮੇਰੀ ਵੀ ਇੱਛਾ ਇਹੀ ਹੁੰਦੀ ਹੈ ਜਾਂ ਸਾਡੀ ਜਿਹੜੀ ਯੂਨੀਵਰਸਿਟੀ ਹੈ ਜਿਹਦੇ ਅਧੀਨ ਅਸੀਂ ਕੰਮ ਕਰਦੇ ਹਾਂ ਗੁਰੂ ਅੰਗਦ ਦੇਵ ਵੈਟਨਰੀ ਇਨੋਸੈਂਸ ਯੂਨੀਵਰਸਿਟੀ ਉੱਥੋਂ ਦੇ ਸਾਡੇ ਮਾਨਯੋਗ ਵਾਈਸ ਚਾਂਸਲਰ ਜੀ ਡਾਕਟਰ ਇੰਦਰਜੀਤ ਸਿੰਘ ਜੀ ਉਹ ਕੁਝ ਦਿਨ ਪਹਿਲਾਂ ਵੀ ਸਾਡੇ ਕੋਲ ਇੱਥੇ ਦੌਰਾ ਕਰਕੇ ਗਏ ਸਾਡੇ ਫਾਰਮ 'ਤੇ। ਸਾਨੂੰ ਉਹ ਬੜਾ ਉਤਸ਼ਾਹਿਤ ਕਰਦੇ ਹੋ ਕਹਿੰਦੇ ਵੀ ਜਾਓ ਤੁਸੀਂ ਵਿਚੜੋ ਕਿਸਾਨਾਂ 'ਚ। ਮੰਨ ਲਓ ਅਸੀਂ ਹੁਣ ਕੋਰਸ ਕਰਾ ਦਿੱਤਾ ਇਹਨਾਂ ਨੂੰ ਵੀ ਉਹਦੀ ਫੀਡਬੈਕ ਲਓ ਵੀ ਉਹ ਕੋਈ ਕੰਮ ਵੀ ਕਰਦਾ ਉਹਨੇ ਕਿੱਤਾ ਵੀ ਸ਼ੁਰੂ ਕੀਤਾ ਬੱਕਰੀ ਪਾਲਣ ਦਾ ਜਾਂ ਇਹਦਾ ਮੰਡੀਆਂ ਲੱਗ ਰਹੀਆਂ ਨੇ। ਇਹਦਾ ਫਾਇਦਾ ਇਹੀ ਹੈ ਵੀ ਜਿਹੜੀ ਸਾਡੀ ਨੌਜਵਾਨ ਨੇ ਉਹ ਕਿੱਥੇ 'ਚ ਪੈਣ ਉਹਨਾਂ ਦਾ ਆਮਦਨ 'ਚ ਵਾਧਾ ਹੋਵੇ ਕਿਉਂਕਿ ਹੁਣ ਦੇਖੋ ਸਾਰੀ ਜਿੰਨੀ ਸਾਡੀ ਕਰੀਮ ਹੈ ਖਾਸ ਕਰਕੇ ਪੰਜਾਬ ਦੀ ਸਭ ਬਾਹਰ ਨੂੰ ਤੁਰ ਰਹੇ ਨੇ ਕਾਕੇ ਆਈਜਰ ਦਾ ਐਗਜ਼ਾਮ ਚਲੋਵਾ ਉੱਥੇ ਜਾ ਕੇ ਭਾਂਡੇ 'ਚ ਹੋ ਜਾਣ ਲੇਬਰ ਕਰੀ ਜਾਣ। ਮੈਂ ਵੀ 9 ਸਾਲ ਅਮਰੀਕਾ 'ਚ ਰਹਿ ਕੇ ਆਇਆ ਪੜ੍ਹ ਕੇ ਆਇਆ ਉੱਥੇ ਮੈਂ ਹਾਲਾਤ ਦੇਖ ਰਿਹਾ ਵੀ ਇੱਕ ਕਮਰੇ 'ਚ 10-10 ਬੱਚੇ ਰਹਿੰਦੇ ਨੇ 18-18 ਘੰਟੇ ਕੰਮ ਕਰਦੇ ਨੇ ਇੰਨੀ ਮਿਹਨਤ ਕਰਦੇ ਨੇ ਜੇ ਕਿਤੇ ਉਹ ਉਰੇ ਇੰਨੀ ਮਿਹਨਤ ਕਰ ਲੈਣ ਉਨੇ ਹੀ ਪੈਸੇ ਉਰੇ। ਸੋ ਮੇਰੀ ਤਾਂ ਬੇਨਤੀ ਇਹੀ ਹੈ ਵੀ ਇੱਦਾਂ ਦੇ ਜਿਹੜੇ ਸਵੈ ਰੁਜ਼ਗਾਰ ਧੰਦਾ ਜਾਂ ਥੋੜ੍ਹਾ ਖੇਤੀਬਾੜੀ ਦਾ ਧੰਦਾ ਕਰਦੇ ਹੋ ਬੱਕਰੀ ਪਾਲਣ ਦਾ ਹੋਇਆ ਸੂਰ ਪਾਲਣ ਦਾ ਹੋਇਆ ਮੁਰਗੀ ਪਾਲਣ ਦਾ ਹੋਇਆ ਮੱਛੀ ਪਾਲਣ ਦਾ ਹੋਇਆ ਖੁੰਭਾਂ ਦਾ ਹੋਇਆ ਇੱਦਾਂ ਦੇ ਧੰਦੇ ਬਣਾਓ। ਪਰ ਆਹ ਦੇਖਿਆ ਮੈਂ ਥੋੜ੍ਹਾ ਬਠਿੰਡਾ ਮਾਨਸਾ ਜਿਹੜੀ ਬੈਲਟ ਹੈ ਤੇ ਬੱਕਰੀ ਜਿਹੜਾ ਪਾਲਣ ਦਾ ਬਹੁਤ ਹੱਬ ਬਣ ਚੁੱਕਿਆ ਹੈ। ਬਾਕੀ ਆਪਣੇ ਸਿੱਧੂ ਸਾਹਿਬ ਨੇ ਮੈਨਾਂ ਕਰੇ ਤੇ ਵੀਡੀਓ ਬਹੁਤ ਪਾਉਂਦੇ ਨੇ ਇੱਕ ਵਾਰ ਰਾਜੂ ਹੈ ਬੱਕਰੀ ਵਾਲਾ ਮੈਂ ਇਹਦੀਆਂ ਵੀਡੀਓ ਬਹੁਤ ਵੇਖਦਾ ਰਹਿਣਾ ਸਾਰੀਆਂ ਵੀਡੀਓ ਵੇਖਦਾ ਮੈਂ ਤੁਹਾਡੀਆਂ। ਮੈਨੂੰ ਵੀ ਬੜਾ ਮਨ ਖੁਸ਼ ਹੁੰਦਾ ਜਦੋਂ ਮੈਂ ਦੇਖਦਾ ਵੀ ਕਿਵੇਂ ਸੌਦੇ ਹੁੰਦੇ ਨੇ ਉੱਥੇ ਹੀ ਇੰਨੀਆਂ ਦੀ 15,000 ਦੀ ਰੇਟ ਦੂਏ ਨੇ 16 ਦੀ ਵੇਚੀ ਬਹੁਤ ਵਧੀਆ ਬਿਜ਼ਨਸ ਹੈ ਆਪਣੀ ਤੁਸੀਂ ਰੁਜ਼ਗਾਰ ਨੂੰ ਲੱਗੇ ਹੋ ਗਲਤ ਤਰੀਕੇ ਤੋਂ ਜਾਣ ਤੇ ਮੈਂ ਬੇਨਤੀ ਕਰਦਾ ਸਾਡੇ ਤੁਸੀਂ ਨੌਕਰ ਖਾਦਿਆ ਕਰੋ ਵੱਧ ਤੋਂ ਵੱਧ ਕੋਰਸ ਕਰੋ ਇਸ ਦਾ। ਇਸ ਤੋਂ ਇਲਾਵਾ ਜਦੋਂ ਵੀ ਕੋਈ ਕੋਰਸ ਕਰਕੇ ਜਾਂਦਾ ਹੈ ਅਸੀਂ ਇਹ ਬਾਈ ਉਹਨਾਂ ਦਾ ਵੀ ਗੁਰਦੀਪ ਕਾਲੇ ਉਹਨਾਂ ਦਾ ਸਿੱਧੂ ਸਾਹਿਬ ਦਾ ਰਵੀਰ ਦਾ ਅਸੀਂ ਗਰੁੱਪ ਬਣਾਇਆ ਵਟਸਐਪ ਗਰੁੱਪ ਜੇ ਕਿਸੇ ਨੂੰ ਕੋਈ ਸਮੱਸਿਆ ਆਉਂਦੀ ਹੈ ਬੱਕਰੀ ਬਿਮਾਰ ਹੈ ਹੋਰ ਕੁਛ ਪੁੱਛਣਾ ਹੈ ਤੇ ਉਹ ਸਲਾਹ ਦਿੰਦੇ ਹਾਂ ਅਸੀਂ ਬਿਲਕੁਲ ਮੁਫ਼ਤ ਜਿੰਨੀ ਵਾਰੀ ਜਿਹੜੇ ਅੱਧੀ ਰਾਤ ਫੋਨ ਕਰੋ ਵੀ ਆਹ ਦਿੱਕਤ ਆ ਗਈ ਕਿਸੇ ਦੀ ਬੱਕਰੀ ਸੂਹਦੀ ਨਹੀਂ ਕਿਸੇ ਨੂੰ ਫੜੇਵਾ ਹੋ ਗਿਆ ਕੋਈ ਬਿਮਾਰ ਹੈ ਸਾਡੇ ਮਾਹਰ ਡਾਕਟਰ ਜੈਮ ਆ ਮੋਸਟਲੀ ਮੈਨੂੰ ਕਰਦੇ ਨੇ ਮੈਂ ਹਮੇਸ਼ਾ ਉਹਨਾਂ ਨੂੰ ਗਾਈਡ ਕਰਦਾ ਵੀ ਆਹ ਦਵਾਈ ਦੇ ਦਿਓ ਆਹ ਦੇ ਦਿਓ ਥੋੜ੍ਹਾ ਉਹਦਾ ਫਾਇਦਾ ਹੁੰਦਾ ਵੀ ਮੈਨੂੰ ਬੜੀ ਖੁਸ਼ੀ ਹੋਈ ਆ ਉਹ ਦੇਖ ਕੇ ਤੇ ਮੈਂ ਤੁਹਾਨੂੰ ਉਮੀਦ ਕਰਦਾ ਵੀ ਤੁਸੀਂ ਵੱਧ ਤੋਂ ਵੱਧ ਮੇਲੇ 'ਚ ਹਿੱਸਾ ਲਿਆ ਕਰੋਗੇ ਆਪਣੇ ਰੁਜ਼ਗਾਰ 'ਚ ਵਾਧਾ ਕਰੋਗੇ ਤੇ ਧੰਨਵਾਦ ਤੁਹਾਡਾ ਸਾਰਿਆਂ ਦਾ ਸ਼ੁਕਰੀਆ। ਬਸ ਕਿੰਨੀ ਉਮਰ ਹੈ ਜੀ? ਇਹ 3 ਸਾਲਾਂ ਦੀ ਹੈ ਜੀ। ਬਸ ਆਹ 8-10 ਦਿਨ ਘੱਟ ਰਹਿ ਗਏ 22 ਤਰੀਕ ਨੂੰ ਹੋ ਜੂ 3 ਸਾਲਾਂ ਦਾ ਪੱਕਾ। ਵੇਚਣਾ ਕੀ? ਹਾਂਜੀ ਹਾਂਜੀ ਹੋਰ ਕੀ ਕਰਨਾ ਮੇਲਾ ਦੇਖਣ ਵਾਲਾ ਵੇਚਣਾ ਜੀ। ਕਿੰਨਾ ਮੁੱਲ ਕਿੰਨਾ? 2 ਹੈ ਜੀ। 2 ਲੱਖ
2 lakh ਦਾ 2 lakh ਵਾਹ ਇਹਦਾ ਤਾਂ ਨਹੀਂ ਰਾਜੂ ਸੌਦਾ ਕਰਾ ਸਕਦਾ ਫਿਰ ਕਰਾ ਲੇਗਾ ਉਹੀ ਹੈਗਾ ਉਹੀ ਅੱਜ ਦੇ ਜੇ ਜੀ ਪੇਸ਼ੂ ਦਾ ਸੌਦਾ ਵੀ ਕਰਾਵਾਂਗੇ ਪਰ ਅਜੇ ਦੀ ਜੋ ਚ ਵੇਚਣ ਦੀ ਜੋ ਨਹੀਂ ਨੂੰ ਸਹੀ ਗੱਲ ਹੈ ਇਹ ਸਾਰੇ ਜਾਣਦੇ ਉਹ ਗੱਲ ਹੈ ਕਹਿੰਦਾ ਮੇਰੀ ਮਾਂ ਬਕਿਆਉ ਉਹ ਗੱਲ ਹੈ ਕਹਿੰਦਾ ਮੇਰੀ ਮਾਂ ਬਕਿਆਉ ਹੈ ਕਹਿੰਦਾ ਵੀ ਮਾਂ ਨੂੰ ਲਊ ਕੌਣ ਕਹਿੰਦਾ ਵੀ ਮੈਂ ਮੁੱਲੇ ਹੈ ਜਾਂ ਕਰੂੰ ਜਿਹੜਾ ਲੈ ਨਾ ਸਕੇ ਇਹਨੇ ਮੁੱਲੇ ਉਹ ਕਰਤਾ ਵੀ ਜਿਹੜਾ ਕੋਈ ਬੱਕਰਾ ਲੈ ਨਾ ਸਕੇ ਕਿੰਨੇ ਵੇਚਣੀ ਹੋਣੀ ਤੁਸੀਂ ਬੱਕਰੀਆਂ ਦਾ ਕੰਮ ਕਰਦੇ ਹੋ ਬੱਕਰੀ ਪਾਲਣ ਦਾ ਕੰਮ ਕਰਦੇ ਹੋ ਤੇ ਵੈਸੇ ਨਹੀਂ ਬਸ ਪੈਸੇ ਹੀ ਰੱਖੇ ਜਾਂ ਹੋਰ ਹੈ ਇੱਕੋ ਆ ਬੱਕਰੀਆਂ ਹੈ ਘਰੇ ਘਰੀਆਂ ਹੈ ਹੈਗੀਆਂ ਕਿੰਨੀਆਂ ਕੋ 8-10 ਹੈ ਅੱਛਾ ਜਿਹੜੀਆਂ ਤੁਸੀਂ ਬੱਕਰੀਆਂ ਰੱਖਦੇ ਹੋ ਸਵਾਰ ਸਾਹਿਬ ਉਹ ਵੈਸੇ ਹੀ ਚੁਣ ਲੈਂਦੇ ਹੋ ਕਿ ਕੋਈ ਨਸਲ ਦੇ ਹਿਸਾਬ ਨਾਲ ਵੀ ਹੋ ਜਾਂ ਬੀਟਲ ਜਾਂ ਨਾ ਉਹੀ ਵੈਸੀ ਅੱਛਾ ਆ ਵੈਸੀ ਆਪਣੇ ਨਾ ਤੁਹਾਨੂੰ ਮੈਂ ਗਾਇ ਇੱਕ ਦੱਸਦਾ ਹਾਂਜੀ ਵੀ ਇਹਨੂੰ ਵੈਦਰ ਹੈ ਵੀ ਸੈਂਸਿਟਿਵ ਤਰੀਕੇ ਨਾਲ ਕਰੋ ਜੇ ਤੁਸੀਂ ਦਿਲਚਸਪੀ ਹੈ ਪਹਿਲਾਂ ਦਾ ਕੋਰਸ ਕਰੋ ਜ਼ਰੂਰ ਬੱਕਰੀ ਪਾਲਣ ਦਾ 5-7 ਦਿਨ ਦਾ ਹਾਂਜੀ ਕੋਰਸ ਕਰਕੇ ਫਿਰ ਕਿਹੜੀ ਨਸਲ ਚੁਣਨੀ ਹੈ ਹਾਂਜੀ ਫਿਰ ਡਾਕਟਰ ਦੀ ਸਲਾਹ ਲਓ ਉਹਦੇ ਨਾਲ ਫਾਇਦਾ ਤੁਹਾਨੂੰ ਆ ਤਾਂ ਹੋਣਾ ਹੀ ਹੋਣਾ ਉਹ ਜ਼ਰੂਰ ਕੋਰਸ ਕਰੋ ਪਹਿਲਾਂ ਜਿਹੜਾ ਬੇਸਿਕ ਆਪਾਂ ਘਰ ਦਾ ਜਿਹੜਾ ਨੀ ਰੱਖਦੇ ਆ ਨਾ ਘਰ ਬਣਾਉਣਾ ਕੋਰਸ ਜ਼ਰੂਰੀ ਹੈ ਅੱਛਾ ਉਹ ਤੋਂ ਬਾਅਦ ਸਰਕਾਰ ਲੋਨ ਦਿੰਦੀ ਆ ਕਿੰਨੇ ਬੱਕਰੀ ਪਾਲਣ ਤੇ ਉਹ ਲੋ ਫਾਇਦੇ ਨੇ ਹਾਂਜੀ ਉਹ ਦੱਸੋ ਜੀ ਕਿਵੇਂ ਸਾਡੇ ਕੋਲ ਜਿਵੇਂ ਕੋਰਸ ਹੈ ਹੋਰ ਵੀ ਕਿੰਨੇ ਕੋਰਸ ਕਰਨਾ ਪਊਗਾ ਜੀ ਪਹਿਲਾਂ ਕੋਰਸ ਕਰੇ ਤਾਂ ਹੀ ਲੋਨ ਮਿਲੂ ਸਰਟੀਫਿਕੇਟ ਦਿਖਾ ਕੇ ਇੱਥੇ ਉਹ ਕਿਸੇ ਹੋਗਾ ਜੀ ਜਿਹੜੇ ਆਉਣਾ 20 ਤੋਂ 24 ਤੇ ਇੱਥੇ ਤਾਂ ਕੁਦਰਤ ਵੱਲੋਂ ਰੱਬ ਵੱਲੋਂ ਗੁਰ ਦਿੱਤਾ ਹੁੰਦਾ ਤੁਹਾਡੀਆਂ ਦੁਆਵਾਂ ਵੱਧ ਨੇ ਨਹੀਂ ਨਹੀਂ ਦੁਆਵਾਂ ਤਾਂ ਉਹਦੀਆਂ ਨੇ ਅਕਾਲਪੁਰਖ ਦੀਆਂ ਨੀਲੀ ਛੱਤ ਵਾਲੀਆਂ ਸੀ ਗਾਉਣਾ ਤੇ ਵਰਗੇ ਡਾਕਟਰਾਂ ਲਵੇ ਰਹੇ ਆ ਉਹਨਾਂ ਤੋਂ ਮਾੜੇ ਮੋਟੇ ਗੁਰ ਸਿੱਖੇ ਬਿਲਕੁਲ ਸਹੀ ਗੱਲ ਉਹ ਸਾਡੇ ਅੱਜ ਕੰਮ ਆ ਲੋਕਾਂ ਨੂੰ ਵੀ ਫਾਇਦਾ ਹੁੰਦਾ ਉਹ ਸਾਡੇ ਅੱਜ ਕੰਮ ਆ ਕਿੰਨਿਆਂ ਨੂੰ ਰੋਜ਼ਗਾਰ ਮਿਲਦਾ ਕਿੰਨਿਆਂ ਨੂੰ ਰੋਜ਼ਗਾਰ ਲਾਉਂਦੇ ਹਨ ਬਹੁਤ ਖੁਸ਼ੀ ਹੁੰਦੀ ਹੈ ਸਾਡੀ ਮੰਡੀ ਚ ਆਏ ਹੋ ਨਾ 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 ਧੰਨਵਾਦ ਸਾਨੂੰ ਤੁਸੀਂ ਆ ਗਿਆ ਸਾਨੂੰ ਇੰਨੇ ਲੋਕਾਂ ਦੇ ਰੂਬਰੂ ਕਰਾਇਆ ਤੁਸੀਂ ਹਾਂ ਜਿਉਂਦੇ ਰਹੇ ਆਪਾਂ ਨਾ ਨਾ ਆਇਓ ਸਾਡੇ ਤੇ ਦੁਆ ਕਰੀ ਕਦੇ ਹਾਂ ਦੁਆ ਕਰੂੰ ਜੀ ਜ਼ਰੂਰ ਦੁਆ ਕ